वागुरु जी का खालसा वागेगुरु जी की फतेह माई नेम इज़ जसदीप कौर पीपल नो मी बाय द नेम ऑफ कैनी गोगिया ऑल्सो आई एम अ करियर काउंसिलर वेल बींग कोच एंड पब्लिक स्पीकर टुडेज मॉर्निंग हुकुमनामा from shiri darbar sahib amritsar is by pagat kabir ji in raag tilang ang 727 of shri guru granth sahib ji pardeyan samajdeya fir apni zindagi vich amal kardeya tilang bani pagta ki kabir ji ikyum ka satguru prasad bhed kateb iftara pai dil ka fikr na jaye ਕੁਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਹੀਂ ਰਹਾਓ which means ਕਦੇ ਮਨ ਦੀ ਚਿੰਤਾ ਦੂਰ ਨ ਕੀਤੀ ਤਾਰਕਿਕ ਵੇਦਕ ਤੇਬ ਵਿਸਥਾਰਾ ਰੱਬ ਪ੍ਰਤਖ ਹੋ ਨੇੜਿਓ ਲਬਿਆ ਜਦ ਸੁਰਤੀ ਦੀਆਂ ਛਿਣ ਜੁੜੀਆਂ ਤਾਰਾ ਜੇ ਤੂੰ ਬੰਦਿਆ ਨਿਤ ਮਨ ਨੂੰ ਖੋਜੇ ਪਰੇਸ਼ਾਨੀ ਨਾ ਕੋਈ ਕਦੇ ਸਤਾਵੇ ਜੇ ਤੂੰ ਬੰਦਿਆ ਨਿਤ ਮਨ ਨੂੰ ਖੋਜੇ ਪਰੇਸ਼ਾਨੀ ਨਾ ਕੋਈ ਕਦੇ ਸਤਾਵੇ ਇਹ ਜਗ ਤਾਂ ਹੈ ਜਾਦੂ ਦਾ ਮੇਲਾ ਇਹ ਜਗ ਤਾਂ ਹੈ ਜਾਦੂ ਦਾ ਮੇਲਾ ਨਾ ਠਹਿਰ ਰਹੀਂ ਨਾ ਪਕੜ ਜਾਵੇ ਇਜ਼ਨਟ ਇਟ ਬਿਊਟੀਫੁਲ ਲੈਟਸ ਰਿਲੇਟ ਥਿਸ ਵਿਦ ਆਰ ਡੇ ਟੂ ਡੇ ਲਾਈਫ ਸੋ ਥੈਟ ਵੀ ਕੈਨ ਇੰਪਲੀਮੈਂਟ ਇਟ ਟੂਡੇ ਅਸੀਂ ਸਾਰੇ ਇਨਸਾਨਾਂ ਵਿੱਚ ਨਾ ਇੱਕ ਸਿਮਿਲੈਰਿਟੀ ਹੈ ਉਹ ਸਿਮਿਲੈਰਿਟੀ ਹੈ ਥੈਟ ਆਲ ਆਫ ਅਸ ਕੈਨ ਮੇਕ ਚੋਇਸਿਸ ਵੀ ਹੈਵ ਸਰਟਨ ਓਪੀਨੀਅਨਸ ਇੰਟਰਪ੍ਰੀਟੇਸ਼ਨਸ ਪਰਸੈਪਸ਼ਨਸ ਹੁਣ ਫਰਕ ਕਿੱਥੇ ਆਂਦਾ ਹੈ ਵੇਅਰ ਵੀ ਹਿਊਮਨ ਬੀਇੰਗਸ ਡਿਫਰ ਕਿ ਸਾਡੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਅਸੀਂ ਕਿਸ ਤਰ੍ਹਾਂ ਦੇ এনਵਾਇਰਨਮੈਂਟ ਵਿੱਚ ਪੈਦਾ ਹੋਏ ਵੱਡੇ ਹੋਏ ਸਾਡੀ ਕੰਪਨੀ ਕਿਸ ਤਰ੍ਹਾਂ ਦੀ ਹੈ ਸਾਡੀ ਪੜ੍ਹਾਈ ਲਿਖਾਈ ਕਿਸ ਤਰ੍ਹਾਂ ਦੀ ਹੈ ਸਾਡਾ ਕਰੀਅਰ ਕਿਸ ਤਰ੍ਹਾਂ ਦਾ ਹੈ ਅਸੀਂ ਜੌਬ ਕਿਸ ਤਰ੍ਹਾਂ ਦੀ ਕਰਦੇ ਹਾਂ ਸਾਡੀ ਪੈਰੈਂਟਿੰਗ ਕਿਸ ਤਰ੍ਹਾਂ ਦੀ ਹੋਈ ਹੈ ਇਹ ਬਿਕੋਜ਼ ਜਿਸ ਤਰ੍ਹਾਂ ਦੀ এনवायरमेंट ਵਿੱਚ ਅਸੀਂ ਰਹੇ ਹਾਂ ਉਸ ਤਰ੍ਹਾਂ ਹੀ ਸਾਡਾ ਮਨ ਕੰਡੀਸ਼ਨਡ ਹੋ ਜਾਂਦਾ ਹੈ ਨਾਓ ਵਿਦ दैट ਕੰਡੀਸ਼ਨਡ ਮਾਈਂਡ ਸਾਡੀਆਂ ਜਿਹੜੀ ਇੰਟਰਪ੍ਰੀਟੇਸ਼ਨਸ ਨੇ ਪਰਸੈਪਸ਼ਨਸ ਨੇ ਸਭ ਅਲੱਗ-ਅਲੱਗ ਹੋ ਜਾਂਦੇ ਨੇ ਇੱਕ ਹੀ ਚੀਜ਼ ਨੂੰ ਦੇਖਣ ਦੇ ਕਈ ਨਜ਼ਰੀਏ ਨੇ ਸੋ ਨਾਅ ਐਂਗਜ਼ਾਇਟੀ ਕਿਸ ਤਰ੍ਹਾਂ ਆਂਦੀ ਏ ਮਨ ਪਰੇਸ਼ਾਨ ਕਿਉਂ ਹੁੰਦਾ ਪਰੇਸ਼ਾਨ ਇਸ ਕਰਕੇ ਹੁੰਦਾ ਏ ਜਦੋਂ ਅਸੀਂ ਸਿਚੁਏਸ਼ਨਸ ਜਾਂ ਲੋਗਾ ਨੂੰ ਐਕਸੈਪਟ ਨਹੀਂ ਕਰਦੇ ਦਾ ਵੇ ਦੇ ਆਰ ਐਂਡ ਦਾ ਵੇ ਦੇ ਆਰ ਨਾਟ ਤੁਸੀਂ ਕਦੀ ਟੀਵੀ ਤੇ ਪ੍ਰੋਗਰਾਮ ਦੇਖੀਏ ਇੱਕ ਐਂਕਰ ਹੁੰਦਾ ਏ ਉਹ ਐਂਕਰਿੰਗ ਕਰ ਰਿਹਾ ਹੁੰਦਾ ਏ ਕਿਸੇ ਸਿਚੁਏਸ਼ਨ ਤੇ ਜਾਂ ਕਿਸੇ ਆ ਇਵੈਂਟ ਦੇ ਬਾਰੇ ਕੁਝ ਡਿਸਕਸ ਘੋਰੀਆ ਹੁੰਦਾ ਔਰ ਉਸਦੇ ਨਾਲ ਰਿਲੇਟਿਡ ਲੋਗਾਂ ਨੂੰ ਇਨਵਾਈਟ ਕੀਤਾ ਹੁੰਦਾ ਹੈ ਨਾਉ ਦੋਸ ਗੈਸਟ ਦੇ ਵਾਂਟ ਟੂ ਪ੍ਰੂਵ ਥੈਮਸੈਲਵਜ਼ ਰਾਈਟ ਇਸ ਕਰਕੇ ਉਹਨਾਂ ਨੇ ਇੰਨਾ ਸ਼ੋਰ ਪਾਇਆ ਹੁੰਦਾ ਹੈ ਜਿਸ ਨੂੰ ਕਹਿੰਦੇ ਨੇ ਨਾ ਆਪਣਾ ਆਪਣਾ ਰਾਗ ਅਲਾਪਨਾ ਤੋ ਸਭ ਆਪਣਾ ਆਪਣਾ ਰਾਗ ਲਾਪ ਰਹੇ ਹੁੰਦੇ ਨੇ ਕੋਈ ਕਿਸੇ ਨੂੰ ਸੁਣੀ ਨਹੀਂ ਰਿਹਾ ਹੁੰਦਾ ਮਤਲਬ ਆਡੀਅנס ਨੂੰ ਵੀ ਸੁੰਨਾ ਸਮਝਣਾ ਮੁਸ਼ਕਿਲ ਹੋ ਜਾਂਦਾ ਕਿ ਇਹ ਲੋਕ ਕਹਿਣਾ ਕੀ ਚਾ ਰਹੇ ਨੇ ਹਰ ਕੋਈ ਆਪਣਾ ਪੁਆਇੰਟ ਅੱਗੇ ਰੱਖਣਾ ਚਾਹੁੰਦਾ ਹੈ ਦੇ ਵਾਂਟ ਟੂ ਪੁੱਟ देयर ओपिनियन राइट नाउ ਹੁਣ ਜਦੋਂ ਇਸ ਤਰ੍ਹਾਂ ਦੇ ਝਗੜੇ ਹੁੰਦੇ ਰਿਹਾ ਬਹਿਸ ਹੁੰਦੀ ਹੈ ਵਾਈ ਪੀਪਲ ਸਪੀਕ ਸੋ ਲਾਊਡਲੀ ਪੀਪਲ ਸਪੀਕ ਸੋ ਲਾਊਡ ਲਾਊਡਲੀ ਬਿਕਾਜ਼ ਦੇ ਥਿੰਕ ਥੈਟ ਦੇ ਆਰ ਨਾਟ ਬੀਇੰਗ ਲਿਸਨਡ ਐਂਡ ਐਕਚੁਅਲੀ ਇਟ ਇਜ਼ ਸੋ ਥੈਟ ਅਸੀਂ ਇੱਕ ਦੂਸਰੇ ਨੂੰ ਸੁਣੀ ਨਹੀਂ ਰਹੇ ਹੁੰਦੇ ਬਿਕਾਜ਼ ਆਫ ਦ ਡਿਫਰੈਂਸਸ ਇਨ ਓਪੀਨੀਅਨਸ ਓਪੀਨੀਅਨਸ ਕਿਉਂਕਿ ਸਾਡੀਆਂ ਇੰਟਰਪ੍ਰੀਟੇਸ਼ਨਸ ਡਿਫਰੈਂਟ ਨੇ now the degree to which you put your opinion aside and listen to the other person that is the degree where you get free you get liberated ਜਿੰਨੀ ਅਸੀਂ ਅਸੀਂ ਦੂਸਰਿਆਂ ਨੂੰ ਸੁੰਨਾ ਸ਼ੁਰੂ ਕਰ ਦਾਂਗੇ ਅਸੀਂ ਆਪਣੀਆਂ opinions ਆਪਣੀਆਂ interpretations ਥੋੜੀ ਦੇਰ ਸਾਈਡ ਤੇ ਰੱਖ ਕੇ ਅਗਲੇ ਬੰਦੇ ਨੂੰ ਜਦੋਂ ਅਸੀਂ ਸੁੰਨਾ ਸ਼ੁਰੂ ਕਰ ਦਿਆਂਗੇ ਐਂਡ ਅਸੀਂ ਉਹਨੂੰ ਇਕਨੋਲਜ ਕਰਨਾ ਸ਼ੁਰੂ ਕਰ ਦਿਆਂਗੇ ਅਸੀਂ ਉਹਨਾਂ ਹੀ ਫ੍ਰੀ ਹੋ ਜਾਵਾਂਗੇ ਲਿਬਰੇਟ ਹੋ ਜਾਵਾਂਗੇ ਸਾਡਾ ਐਕਸੈਪਟੈਂਸ ਲੈਵਲ ਵੱਧ ਜਾਏਗਾ ਤੇ ਅਸੀਂ सिचुएशन अच्छी तरह हैंडल कर सकते हैं बट हाउ दिस कैन हैपन दिस कैन हैपन वेन वी मैनेज आवर ओन माइंड जो अस अपने मन में समझावे बिकॉज इट्स ब्यूटिफुल मैनशनड इन द हुक्मनामा बंदे खोज ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਜੇ ਆਪਣੇ ਦਿਲ ਨੂੰ ਖੋਜੋ ਚੰਗੀ ਤਰ੍ਹਾਂ ਤੇ ਆਪਣੇ ਮਾਈਂਡ ਨੂੰ ਅੱਛੀ ਤਰ੍ਹਾਂ ਮੈਨੇਜ ਕਰੋ ਫਿਰ ਕੋਈ ਪਰੇਸ਼ਾਨੀ ਨਹੀਂ ਹੈ ਸਾਡਾ ਐਕਸੈਪਟੈਂਸ ਲੈਵਲ ਵੱਧ ਜਾਏਗਾ ਅਸੀਂ ਸਿਚੁਏਸ਼ਨਸ ਐਂਡ ਲੋਗਾ ਨੂੰ ਆਪਣੀ ਜ਼ਿੰਦਗੀ ਵਿੱਚ ਉਸ ਤਰ੍ਹਾਂ ਹੀ ਐਕਸੈਪਟ ਕਰਾਂਗੇ ਦਾ ਵੇ ਦੇ ਆਰ ਐਂਡ ਦਾ ਵੇ ਦੇ ਆਰ ਨਾਟ ਸੋ ਅੱਜਕ ਪ੍ਰੈਕਟਿਸ ਕਰਦੇ ਹਾਂ ਦੇਖੋ ਕਿ ਕਿਹੜੇ ਕਿਹੜੇ ਲੋਗਾ ਨਾਲ ਤੁਹਾਡੇ ਡਿਫਰੈਂਸਸ ਆਫ ਓਪੀਨੀਅਨਸ ਹੈਗੇ ਨੇ ਐਂਡ ਉਹਨੇ ਵਾਦ ਗਏ ਨੇ ਕਿ ਤੁਹਾਡੇ ਰਿਲੇਸ਼ਨਸ਼ਿਪਸ ਵਿੱਚ ਖਟਾਸ ਜੀ ਆ ਗਈ ਏ ਸੋ ਅੱਜ ਉਸ ਖਟਾਸ ਨੂੰ ਮਿਟਾਨਿਆ ਸੁੰਨਾ ਸ਼ੁਰੂ ਕਰੋ ਅੰਡਰਸਟੈਂਡ देयर ਪੁਆਇੰਟ ਆਫ View ਆਲਸੋ ਹਮੇਸ਼ਾ ਯਾਦ ਰੱਖੋ ਮਾਈ ਪੁਆਇੰਟ ਆਫ View ਇਜ਼ ਐਸ ਵੈਲਿਡ ਐਸ ਯੋਰ ਪੁਆਇੰਟ ਆਫ View ਐਂਡ ਵਾਈਸੇ ਵਰਸਾ ਸੋ ਇਸਤੀਸ ਨੂਤਿਆ ਅਨਵਿਚਰਕੇ ਅਜੋਨ ਨਾਲ ਪੈਚ ਅਪ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਦੇ ਪੁਆਇੰਟ ਆਫ View ਨੂੰ ਵੀ ਰਿਸਪੈਕਟ ਦਿਓ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਸ ਦਿਨ ਨਾਲ ਤੁਹਾਡੇ ਰਿਲੇਸ਼ਨਸ਼ਿਪ ਸੁਧਰਨਗੇ ਮੰਨਦੀ ਐਂਗਜ਼ਾਇਟੀ ਜਾਂਦੀ ਰਹੇਗੀ ਬਟ ਟੂ ਡੂ ਥਿਸ ਯੂਲ ਹੈਵ ਟੂ ਵਰਕ ਔਨ ਯੋਰਸੈਲਫ ਸੋ ਅਜ ਇਸਤੀ ਪ੍ਰੈਕਟਿਸ ਕਰੋ And then share your experiences with me. Take care. Be balanced. Be happy. Vaheguru Ji Ka Khalsa. Vaheguru Ji Ki Fateh. Vaheguru.